जो ठंडी ठंडी आउंदी है हवा कमल दा फुल खिलेगा ओ माल विच फुल खिलेगा ये जो ठंडी ठंडी सिली सिली नहीं वो तो आंसुआ वाली भी होंगी है ये जो ठंडी ठंडी आउंदी है हवा कमल दा फुल खिलेगा कमल दा फुल खिलेगा। ਅਸੀਂ ਲਗਾਤਾਰ ਤੁਸੀਂ ਜਿੱਥੇ ਜਾ ਕੇ ਤੁਹਾਡਾ ਵਿਰੋਧ ਹੋ ਰਿਹਾ ਅਤੇ ਬਾਕੀ ਨਾਲ ਵੀ ਵਿਰੋਧ ਹੋਇਆ ਕਿਸਾਨਾਂ ਨੂੰ ਟ੍ਰੇਨ ਕਰ ਲਿਆ ਗਿਆ ਟਾਈਮ ਜਿਹੜੇ ਬਾਹਰ ਖੜ੍ਹੇ ਸੀਗੇ, ਤੁਸੀਂ ਉਹਨਾਂ ਨਾਲ ਮੀਟਿੰਗ ਕਿਉਂ ਨਹੀਂ ਕਰਦੇ, ਉਹਨਾਂ ਨੂੰ ਬਹਿ ਕੇ ਸ਼ਾਬਾਸ਼ ਕਿਉਂ ਨਹੀਂ ਦਿਵਾਉਂਦੇ ਵੀ ਤੁਹਾਡਾ ਮਸਲਾ ਹੱਲ ਹੋ ਜੂਗਾ, ਜਿਹੜੇ ਤੁਸੀਂ ਸਿਖਾਲੇ ਨਾਲ ਪੱਤਰਕਾਰ ਸਿਖਾਲੇ? ਮੈਂ ਜਿੱਦਣ ਦਾ ਆਉਣਾ ਮੈਨੂੰ ਸਿਰਫ ਉਹਨਾਂ ਦੀ ਅੱਖਾਂ ਵਿੱਚ ਗੈਰਤ ਔਰ ਪਿਆਰ ਹੀ ਨਜ਼ਰ ਆਉਂਦਾ। ਮੈਂ ਫੁੱਲ ਸਿੱਟਦਾ ਹਾਂ, ਮੈਂ ਰੋਜ਼ ਕਹਿੰਦਾ ਹਾਂ ਅਤੇ ਬਿਨਾਂ ਗੰਨ ਮੈਨਾਂ ਤੋਂ ਮੈਂ ਇਕੱਲਾ ਤੁਸੀਂ ਪੰਜ ਜਣੇ ਆ ਜਾਓ, ਪੰਜ ਅੰਕ ਬਹੁਤ ਸ਼ਾਨਦਾਰ ਬੈਠ ਕੇ ਗੱਲ ਕਰਦੇ ਹਾਂ, ਨਹੀਂ ਤਾਂ ਮੇਰੇ 'ਤੇ ਯਕੀਨ ਕਰੋ ਰੱਬ ਦੀ ਸਹੁੰ ਜੋ ਮਰਜ਼ੀ ਸਜ਼ਾ ਦੇ ਦੇਣ ਸਾਰੇ ਪੰਜਾਬੀ, ਇਕੱਲੇ ਕਿਸਾਨ ਨਹੀਂ, ਮੈਨੂੰ ਚੁਰਾਹੇ 'ਚ ਖੜ੍ਹੇ ਕਰਕੇ ਜੋ ਮਰਜ਼ੀ ਸਜ਼ਾ ਦੇ ਦੇਣ, ਮੇਰੇ 'ਤੇ ਯਕੀਨ ਕਰੋ, ਮੈਨੂੰ ਐਤਕੀ ਇੱਥੋਂ ਜਿਤਾਓ, ਮੈਂ ਤੁਹਾਡਾ ਵਿਚੋਲਾ ਬਣੂੰਗਾ, ਤੁਹਾਡੀ ਜਗ੍ਹਾ ਮੈਂ ਜਾ ਕੇ ਬੈਠਿਆ ਕਰੂੰਗਾ। ਜੇ ਬੈਠਣ ਦੀ ਲੋੜ ਹੀ ਨਹੀਂ ਵੈਸੇ ਪੈ ਗਈ ਬਾਰਡਰਾਂ 'ਤੇ, ਲੋੜ ਹੀ ਨਹੀਂ ਪੈ ਗਈ ਲਾਈਨਾਂ 'ਤੇ ਬੈਠਣ ਦੀ, ਇਹ ਮੈਂ ਹੱਥ ਜੋੜ ਕੇ ਮਿੰਨਤ ਹੀ ਪਾ ਸਕਦਾ, ਹੋਰ ਤਾਂ ਕੁਛ ਨਹੀਂ ਕਰ ਸਕਦਾ। ਜੇ ਕੋਈ ਯਕੀਨ ਨਾ ਕਰੇ ਤਾਂ ਮੈਂ ਕੀ ਕਰਾਂ? ਮੈਂ ਮਿਲਣ ਲਈ ਵੀ ਤਿਆਰ ਹਾਂ, ਵਾਅਦੇ ਕਰਨ ਲਈ ਵੀ ਤਿਆਰ ਹਾਂ, ਪਰ ਝੂਠਾ ਵਾਅਦਾ ਨਾ ਰੱਬ ਦਰਾਵੇ ਝੂਠੇ ਅਤੇ ਲਾਹਨਤ। ਕਿਸਾਨਾਂ ਦਾ ਕਹਿਣਾ ਵੀ ਅਸੀਂ ਧਰਨੇ ਤਾਂ ਬਹਿੰਦੇ, ਸਾਨੂੰ ਹੌਸਲਾ ਮਿਲਦੇ ਨਹੀਂ, ਨਾ ਇਸ ਨੂੰ ਮਿਲਣ ਦਿੱਤਾ ਜਾ ਰਿਹਾ। ਕਿਸਾਨਾਂ ਨੂੰ ਆਪਣੇ ਚੈਨਲ ਦੇ ਥਰੂ ਕਹੋ, ਫਰੀਦਕੋਟ ਮੈਂ ਸੁਨੇਹਾ ਭੇਜਿਆ ਨਹੀਂ ਕਿ ਪੰਜ ਬੰਦੇ ਆ ਜਾਓ, ਮੈਂ ਇਕੱਲਾ ਹੋਵਾਂਗਾ, ਬਿਨਾਂ ਗੰਨਮੈਨਾਂ ਤੋਂ ਆਪਾਂ ਬੈਠ ਕੇ ਸਲਾਹ ਕਰਦੇ ਹਾਂ। ਹੁਣ ਦੱਸ ਦਿਓ ਕਿੱਥੇ ਅਤੇ ਕਦੋਂ ਮੈਂ ਹਾਜ਼ਰ ਹੋਵਾਂ? ਤੁਹਾਡਾ ਬੱਚਾ ਆ ਮੈਂ, ਤੁਹਾਡਾ ਭਰਾ ਆ ਮੈਂ, ਯਾਰ ਕੋਈ ਦੁਸ਼ਮਣ ਥੋੜ੍ਹੀ ਆ ਤੁਸੀਂ ਵੀ, ਤਾਂ ਮੈਂ ਸਿਕਿਉਰਟੀ ਇੰਨੀ ਲੱਗਦੀ ਜਾਂਦੀ, ਸਾਨੂੰ ਨੇੜੇ ਨਹੀਂ ਲੱਗਦਾ, ਗੱਲ ਕਿਹੜੇ ਵੇਲੇ ਕਰਾਂਗੇ ਬੈਠ ਕੇ? ਸਿਕਿਉਰਟੀ ਇਸ ਕਰਕੇ ਲੱਗਦੀ ਆ ਕਿ ਗੱਡੀ 'ਚ ਉਦੋਂ ਡਾਂਗਾਂ ਵਾਲੀਆਂ ਮਾਰਤੀਆਂ, ਉਹ ਗੱਡੀ ਟੁੱਟ ਗਈ ਜਾ ਮੇਰੀ, ਇਸ ਕਰਕੇ ਸਿਕਿਉਰਟੀ ਲੱਗਦੀ ਆ। ਉਹਨਾਂ ਨੂੰ ਪਿਆਰ ਨਾਲ ਪੇਸ਼ ਆਓ ਅਤੇ ਭਾਸ਼ਾ ਚੰਗੀ ਵਰਤੋ, ਭਾਸ਼ਾ ਕਿਸਾਨਾਂ ਵਾਲੀ ਵਰਤੋ, ਗੁਰੂ ਵਾਲਾ ਜਿੱਦਾਂ ਬੋਲਦਾ ਉੱਦਾਂ ਵਰਤੋ, ਅਤੇ ਰੌਲਾ ਹੀ ਕੋਈ ਨਹੀਂ, ਤੁਹਾਡੇ ਦੁਸ਼ਮਣ ਨਹੀਂ। ਕਹਿੰਦੇ ਵੀ ਕਲਾਕਾਰ ਜਦੋਂ ਰਹਿ ਜਾਂਦਾ ਉਹ ਵਾਪਸ ਆਪਦੀ ਇੰਡਸਟਰੀ ਵਿੱਚ ਚਲਾ ਜਾਂਦਾ, ਪਰ ਲੋਕਾਂ ਲਈ ਕੰਮ ਨਹੀਂ ਕਰਦਾ ਕੋਈ? ਤੁਸੀਂ ਮੈਨੂੰ ਸਾਰਿਆਂ ਨਾਲ ਨਾ ਮਿਲੋ, ਮੈਂ ਦਿੱਲੀ 'ਚ 5 ਸਾਲ ਜੋ ਜੰਮ ਜਾਂਦਾ, ਮੈਂ ਉਹ ਕਲਾਕਾਰ ਥੋੜ੍ਹੀ ਜਿੱਦਣ ਪਹਿਲਾਂ ਇਲੈਕਸ਼ਨ ਲੜਿਆ ਸੀ ਅੱਜ ਤੋਂ ਮੇਰਾ 2009 'ਚ, ਉਦੋਂ ਤੋਂ ਦੇਖਿਆ ਕਿਤੇ ਖਾੜਾ ਖੁੜਾ ਲਾਉਂਦੇ। ਮੈਂ ਝੂਠ ਰੱਬ ਨਾ ਬੁਲਾਵੇ, ਕਿਉਂਕਿ ਝੂਠੇ 'ਤੇ ਲਾਹਨਤ। ਕੀ ਮੁੱਦੇ ਲੈ ਕੇ ਜਾ ਰਹੇ ਨੇ, ਮਤਲਬ ਕਿਸਾਨਾਂ ਦੇ ਮੁੱਦੇ ਤਾਂ ਹੈ ਹੀ ਆ, ਉਸ ਤੋਂ ਇਲਾਵਾ ਕੀ ਕਰਨਾ ਚਾਹੁੰਦੇ ਨੇ? ਇਸ ਤੋਂ ਇਲਾਵਾ ਬੜੇ ਮੁੱਦੇ ਨੇ ਯਾਰ, ਬੇਰੁਜ਼ਗਾਰੀ ਦਾ ਮੁੱਦਾ ਆ, ਜਦੋਂ ਰੁਜ਼ਗਾਰ ਮਿਲ ਗਿਆ, ਬੱਚਿਆਂ ਨੂੰ ਟਾਈਮ ਸਿਰ ਆਹਾਰ ਮਿਲ ਗਿਆ, ਉਹ ਨਸ਼ੇ ਛੱਡ ਦੇਣਗੇ, ਉਹ ਬਾਹਰ ਜਾਣਾ ਛੱਡ ਦੇਣਗੇ। ਜਦੋਂ ਇੰਡਸਟਰੀ ਆ ਗਈ, ਮੈਂ ਕਹਿੰਦਾ ਹੀ ਨਹੀਂ 24 ਘੰਟੇ 'ਚ ਅਸੀਂ ਨਸ਼ਾ ਖਤਮ ਕਰ ਦਿੰਦੇ, ਮੈਂ ਤਾਂ ਨਹੀਂ ਕਦੀ ਕਿਹਾ। ਜਦੋਂ ਮੈਂ ਇਹ ਕਹਿੰਦਾ ਕਿ ਮਨ ਲੱਜ਼ਤ ਦਾ ਆਸ਼ਿਕ ਹੈ, ਉਹ ਮੇਰੇ ਬਾਬਾ ਜੀ ਕਹਿੰਦੇ, ਮਨ ਲੱਜ਼ਤ ਦਾ ਆਸ਼ਿਕ ਹੈ, ਇਹਨੂੰ ਡਾਈਵਰਟ ਕਰਨ ਦੀ ਲੋੜ ਹੈ, ਇਹਨੂੰ ਜਿੱਦੋਂ ਮਜ਼ਾ ਆਏਗਾ, ਜਿੱਦਾਂ ਮੈਨੂੰ ਸੰਗੀਤ 'ਚੋਂ ਮਜ਼ਾ ਆਉਂਦਾ, 5-10 ਮਿੰਟ ਬਾਅਦ ਮੈਨੂੰ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਗਾ ਰਿਹਾ ਜਾਂ ਸੁਣ ਰਿਹਾ। ਬੜਾ ਨਸ਼ਾ, ਪਹਿਲੀ ਤੋੜ ਨਾਲੋਂ ਜ਼ਿਆਦਾ ਨਸ਼ਾ ਹੈ। ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਤਾਂ ਹਰੇਕ ਸਰਕਾਰ ਕਰ ਗਈ, ਪਰ ਕਿਸੇ ਦੇ ਹੱਥ ਨਹੀਂ ਲੱਗਾ। ਸਾਡੀ ਸਰਕਾਰ ਨੇ ਤਾਂ ਨਹੀਂ ਕਿਹਾ, ਅਸੀਂ ਜਦੋਂ ਰੁਜ਼ਗਾਰ ਦੇਣਾ, ਸਪੋਰਟਸ ਦੇਵਾਂਗੇ, ਮਿਊਜ਼ਿਕ ਦੇਵਾਂਗੇ, ਰੋਟੀ ਦੇਵਾਂਗੇ, ਰੁਜ਼ਗਾਰ ਦੇਵਾਂਗੇ। ਬੱਚਿਆਂ ਨੇ ਨਸ਼ੇ ਵੱਲ ਜਾਣਾ ਹੀ ਨਹੀਂ, ਬੱਚੇ ਫਰਸਟ੍ਰੇਸ਼ਨ 'ਚ ਨਸ਼ਾ ਕਰਦੇ,